मैं तो कंगना रनौत नूं भी नंगे नाल लिखूंगा। बेशक कंगना नूं आप नहीं पता है इस चीज़ का, गुरदास मान तो उन्हें इदा ही बोलता, जात बोलता, जात पात नहीं कहता, जात पात कहता, फिर तो गलत हो गया। बात गलबात दे सिलसिले च एक बार फिर तुहाडा स्वागत है। तो पंजाबी भाषा बारे दो अहम कॉमेंट ने जां गल्लां ने कि एक तो साडी लैंग्वेज इन्नियां साउंड्स ने कि शायद साउथ एशिया खित्ते च होर जिहड़ियां भाषावां ने उन्हां दे मुकाबले वध साउंड्स पंजाबी लोग कह सकदे ने। इसे तरह पंजाबी स्क्रिप्ट दे अंदर भी यह समर्थ है कि कई होर भाषावां दीआं जिहड़ियां साउंड्स ने वह भी पंजाबी च लिखती रूप च एक्सप्रैस कीतीआं जा सकदीआं, पर नालों नाल एक होर रुझान पिछले कई दहाकियां तों चल रिहा ते लगातार वध रिहा कि पंजाबी बहुत सारीआं धुनां जिहड़ियां पंजाबी च ट्रडिशनली बोलियां जांदियां सी वरतियां जांदियां ने उहनां नूं भुल्लदे जा रहे ने। इसे तरह लिखत दे विच बहुत सारे जिहड़े शब्द ने वह सिर्फ जिहड़ी मुहारनी आ अल्फाबेट उहदे च पढ़न वास्ते रहि गए ने, उहनां दी वरतों बारे बहुत वड्डा सैक्शन नवीं जनरेशन दा अवेसला हुंदा जा रहा। सो इह जिहड़ा समस्या इह जिहड़ा मसला है कि पंजाबी असीं अपणियां धुनां ते अपनी लिपी दी जो समर्था है किवें उसनूं गवा रहे हैं, तो जे असीं इहदे बारे अवेयर ना होए तो ये हो सकता है कि कुछ दहाकियां बाद सानूं अपने अल्फाबेट्स दे अपने 35 अखरी दे बहुत सारे शब्द इहो जे लगन, इहो जे जिहड़े लैटर इस तरह दे लगन कि जिन्हां दी जिहड़े सिर्फ लिखण वास्ते ने, जिन्हां दी वरतों कोई नहीं रही। सो इस समस्या ते अज असीं गल्लबात करनी है ते साडे नाल जिहड़ी शख्सियत है डॉक्टर जसविंदर संधू, इन्हां दा पिछोकड़ ये एनवायरमेंटल साइंटिस्ट ने पर इन्हां दा एक लाइफ लोंग पैशन है लैंग्वेज धुनां अते लिपी। इन्हां बारे इन्हां ने बहुत सारा काम किया अपने तौर के उत्ते, बाकी जिहड़ियां दुनिया दीआं भाषावां ने उन्हां नाल कंपैरिजन भी किया, तो इस टॉपिक बारे उन्हां कोल बहुत ही कमाल दीआं गल्लां ने ते इस वेले साडे नाल ने। संधू साहब बहुत बहुत शुक्रिया तुहाडा। थैंक यू जी। ये जिहड़ा मैं खदशा जाहिर किया पहला एक सबूत है इहदा कि दो अक्षर साडे अल्फाबेट्स दे ऑलरेडी इहो जिहे ने ਜਿਹੜੇ 99% ਪੰਜਾਬੀ ਨਹੀਂ ਬੋਲ ਸਕਦੇ। ਠੀਕ, ਗੱਲ ਉੱਥੋਂ ਸ਼ੁਰੂ ਕਰਦੇ, ਉਹਨਾਂ ਬਾਰੇ ਦੱਸੋ ਪਹਿਲਾਂ। ਤੇ ਤੁਸੀਂ ਨੰਗੇ ਅਤੇ ਨੰਝੇ ਦੀ ਗੱਲ ਕਰ ਰਹੇ ਹੋ। ਬਿਲਕੁਲ ਬਿਲਕੁਲ। ਹਾਂ, ਇਹ ਪ੍ਰੋਬਲਮ ਤਾਂ ਸਾਨੂੰ ਵੀ ਜਦੋਂ ਸਿੱਖੇ ਆ ਸੀ ਸਾਨੂੰ ਵੀ ਆਉਂਦੀ ਸੀਗੀ, ਪਰ ਸਾਡੇ ਟੀਚਰ ਕਿਉਂਕਿ ਬਹੁਤ ਕੇਅਰਫੁਲ ਸੀਗੇ ਇਸ ਮਾਮਲੇ ਬਾਰੇ ਅਤੇ ਉਹਨਾਂ ਨੇ ਸਾਨੂੰ ਸਿਖਾਤਾ ਅਤੇ ਹੁਣ ਉਹ ਜਾਂਦੀ ਨਹੀਂ ਕਿਤੇ। ਇਹ ਬੜੀਆਂ ਵਧੀਆ ਸਾਊਂਡਸ ਨੇ ਇਹ, ਅਜੇ ਵੀ ਕਈ ਹੋਰ ਲੈਂਗੁਏਜ ਐਗਜ਼ਾਮਪਲ ਦਊਂਗੇ ਕਿ ਇਹਨਾਂ ਜਿਹੜੇ ਦੋ ਅੱਖਰ ਨੇ ਇਹ ਜਾਂ ਸਾਊਂਡਸ ਨੇ ਇਹਨਾਂ ਨਾਲ ਕਿਹੜੇ ਕਿਹੜੇ ਸ਼ਬਦ ਕਹੇ ਜਾਂਦੇ ਨੇ? ਪਹਿਲਾਂ ਮੈਂ ਹੁਣ ਵੀ ਲਿਖਦਾ ਵੈਸੇ, ਵਾਂਗੂ ਵਾਂਗ ਜਿਹੜਾ ਸ਼ਬਦ ਹੈ, ਜਾਂ ਵੰਗ। ਤੁਸੀਂ ਗੰਗੇ ਨਾਲ ਨਹੀਂ ਲਿਖਦੇ? ਨਾ, ਗੰਗੇ ਨਾਲ ਲਿਖਦਾ ਮੈਂ, ਅਤੇ ਮੈਂ ਤਾਂ ਕੰਗਣਾ ਰਣਾਵਤ ਨੂੰ ਵੀ ਗੰਗੇ ਨਾਲ ਲਿਖੂੰਗਾ। ਬੇਸ਼ੱਕ ਕੰਗਣਾ ਨੂੰ ਆਪ ਨਹੀਂ ਪਤਾ ਹੈਗਾ ਇਸ ਚੀਜ਼ ਦਾ, ਜਿਹੜਾ ਕੰਗਣਾ ਹਾਂ ਉਹ ਕਹਿਣਾ ਤੁਸੀਂ ਗੱਗੇ ਨਾਲ ਨਹੀਂ ਲਿਖੋਗੇ, ਕੰਗਣ ਨਹੀਂ ਹੈਗੀ, ਉਹ ਕੰਗਣ ਹੈ। ਓਕੇ, ਅਤੇ ਇਸੇ ਤਰ੍ਹਾਂ ਜੰਝਾ ਹੈ ਜਿਹੜਾ, ਉਹ ਤ੍ਰਿੰਝਣ 'ਚ ਆਉਂਦਾ, ਉਹਦੇ 'ਚ ਜੱਜਾ ਪਾ ਦਿੰਦੇ ਲੋਕ, ਪਰ ਉਹ ਤ੍ਰਿੰਝਣ ਬਣ ਜਾਂਦਾ, ਉਹ ਤ੍ਰਿੰਝਣ ਨਹੀਂ ਰਹਿੰਦਾ, ਅਤੇ ਝੱਜੇ ਨਾਲ ਵੀ ਨਹੀਂ ਠੀਕ ਰਹਿੰਦਾ, ਤ੍ਰਿੰਝਣ ਉਹ ਝੱਜੇ ਨਾਲ ਵੀ ਹੋਰ ਕੁਛ ਬਣ ਜਾਂਦਾ। ਉਹ ਸ਼ਬਦ ਅਜੇ ਵੀ ਲੋਕ ਨਿੰਝੇ ਨਾਲ, ਦੋਵੇਂ ਸਾਊਂਡ ਨਾ ਚਾਈਨੀਜ਼ ਜਿਹੜੀਆਂ ਲੈਂਗੁਏਜ ਨੇ ਉਹਨਾਂ ਨਾਲ ਮਿਲਦੀਆਂ ਜੁਲਦੀਆਂ ਜਿਹਾ ਲੱਗਦੀਆਂ। ਹਾਂ, ਮੈਨੂੰ ਲੱਗਦਾ ਵੀ ਗੰਗਾ ਹੈ ਨਾ ਜਿਹੜਾ, ਹਾਂਜੀ, ਇਹ ਚਾਈਨੀਜ਼ ਭਾਸ਼ਾ ਤੋਂ ਸ਼ਾਇਦ ਆਇਆ ਹੈ ਸਾਡੀ ਭਾਸ਼ਾ 'ਚ, ਕਿਉਂਕਿ ਉਹਨਾਂ ਦੇ ਵਿੱਚ ਸਾਊਂਡਸ, ਜੇ ਤੁਸੀਂ ਚਾਈਨੀਜ਼ ਲੋਕਾਂ ਨੂੰ ਗੱਲਾਂ ਕਰਦੇ ਸੁਣੋ ਤਾਂ ਲੱਗਦਾ ਵੀ ਗੰਗੇ ਦੀ ਸਾਊਂਡ ਬਹੁਤ। ਸੋ ਕਹਿਣ ਦਾ ਮਤਲਬ ਇਹ ਜਿਹੜੀਆਂ ਦੋਵੇਂ ਜਿਹੜੀਆਂ ਧੁਨਾਂ ਨੇ ਜਿਹੜੀਆਂ ਅਸੀਂ ਹੁਣ ਇੱਕ ਕਿਸਮ ਦੀਆਂ ਵਿਸਾਰ ਹੀ ਲਈਆਂ ਨੇ, ਅਤੇ ਜੇ ਅਸੀਂ ਇਹਨਾਂ ਨੂੰ ਜਿੰਦਾ ਰੱਖੀਏ ਅਤੇ ਜਿਹੜੇ ਸ਼ਬਦ ਚਾਈਨੀਜ਼ ਓਰੀਜਨ ਵਾਲੇ ਆ ਰਹੇ ਨੇ ਉਹ ਅਸੀਂ ਬਿਹਤਰ ਤਰੀਕੇ ਨਾਲ ਕਹਿ ਸਕਦੇ ਹਾਂ। ਬਿਲਕੁਲ, ਉਹ ਇਕੱਲੇ ਚਾਈਨੀਜ਼ ਨਹੀਂ, ਆਹ ਮੈਡੀਟਰੇਨੀਅਨ ਲੈਂਗੁਏਜਿਸ ਨੇ ਜਿਹੜੀਆਂ, ਸ਼ਾਇਦ ਇਟਾਲੀਅਨ 'ਚ ਵੀ ਹੋਵੇ, ਪਰ ਸਪੈਨਿਸ਼ ਅਤੇ ਪੁਰਤਗੀਜ਼ 'ਚ ਹੈਗਾ ਇਹ। ਜਿੱਦਾਂ ਹੁਣ ਸਾਨੂੰ ਆਮ ਲਿਖਿਆ ਹੋਇਆ ਮਿਲਦਾ ਜਾਂ ਪੜ੍ਹਨ ਨੂੰ ਮਿਲਦਾ ਲਾ ਨੀਨਾ, ਐਲ ਨੀਨੋ, ਉਹ ਅਸਲ ਵਿੱਚ ਨੀਓ ਹੈ, ਨਿੰਝੇ ਨਾਲ ਬੋਲਿਆ ਜਾਂਦਾ, ਹੋ ਨਿੰਝਾ ਉਹਨਾਂ ਦੀ ਭਾਸ਼ਾ 'ਚ ਹੈਗਾ, ਪੜ੍ਹਦੇ ਹਾਂ ਉਸਨੂੰ, ਕਿਉਂਕਿ ਐਨ ਨਾਲ ਹੀ ਲਿਖਿਆ ਜਾਂਦਾ। ਉਹਦਾ ਲਾ ਨੀਆਂ ਦਾ ਮਤਲਬ ਹੈ ਛੋਟੀ ਬੱਚੀ, ਐਲ ਨੀਨੋ ਦਾ ਅਨੀਓ ਦਾ ਮਤਲਬ ਹੈ ਛੋਟਾ ਬੱਚਾ,
ਇਹ ਹੁਣ ਜਿੱਦਾਂ ਰੋਨਾਲਡੋ ਹੈ ਅਤੇ ਰੋਨਲਡੀਨੀਓ ਹੈ, ਉਹ ਜੀਨੀਓ 'ਚ ਜਿੰਝਾਂ ਪੈਂਦਾ ਹੈ ਜੇ ਤੁਸੀਂ ਪੰਜਾਬੀ 'ਚ ਉਹਨੂੰ ਲਿਖਣਾ ਹੋਵੇ, ਉਹ ਛੋਟਾ ਰੋਨਾਲਡੋ ਬਣਦਾ। ਜਿਹੜੀ ਇਸ ਤਰ੍ਹਾਂ ਦੇ ਇਹ ਜਿਹੜੀਆਂ ਸਾਊਂਡਸ ਨੇ ਇਹ ਸਾਡੇ ਅੱਗੇ ਕੰਮ ਆਉਣਗੀਆਂ, ਜਿਹੜੇ ਸਾਡੇ ਪੰਜਾਬੀ ਲੋਕ ਉਹਨਾਂ ਇਲਾਕਿਆਂ 'ਚ ਰਹਿੰਦੇ ਨੇ ਉਹ ਛੇਤੀ ਸਿੱਖ ਸਕਦੇ ਆ ਉਸ ਭਾਸ਼ਾ ਨੂੰ ਅਤੇ ਆਪਣੇ ਆਪਣਾ ਕੰਮ। ਇੱਕ ਸਬੂਤ ਹੈ, ਹਾਂ ਬਿਲਕੁਲ, ਉਹ ਅਸੀਂ ਗਵਾਲੀ ਹਾਂ ਅਤੇ ਜਿਸ ਕਰਕੇ ਮੈਂ ਗੱਲ ਸ਼ੁਰੂ ਕੀਤੀ ਹੈ, ਜੋ ਦੋ ਨਾਲ ਅਸੀਂ ਕੀਤਾ ਹੈ ਅੱਗੇ ਅੱਗੇ ਹੋਰ ਕਈ ਧੁਨਾਂ ਨੇ ਜਿਹੜੀਆਂ ਅਲੋਪ ਹੋ ਸਕਦੀਆਂ। ਮਿਸਾਲ ਦੇ ਤੌਰ 'ਤੇ ਜਿਹੜੇ ਪੰਜ ਅੱਖਰ ਨੇ ਝੱਜਾ, ਧੱਦਾ, ਭੱਬਾ, ਘੱਗਾ, ਢੱਡਾ, ਇਹਨਾਂ ਨੂੰ ਵੀ ਲੈ ਕੇ ਪ੍ਰੋਬਲਮ ਆਉਣੀ ਸ਼ੁਰੂ ਹੋ ਗਈ ਹੈ। ਪ੍ਰੋਬਲਮ ਤਾਂ ਉਹਨਾਂ ਨੂੰ ਵੀ ਪਹਿਲਾਂ ਹੈਗੀ ਸੀ, ਉਹ ਸਿੱਖਣੀਆਂ ਪੈਂਦੀਆਂ ਸੀ, ਇਹਨਾਂ ਨੂੰ ਵੀ ਸਿੱਖਣਾ ਪਊਗਾ, ਪਰ ਇੰਨਾ ਔਖਾ ਨਹੀਂ ਹੈਗਾ। ਜੇ ਜਨਰੇਸ਼ਨ 'ਚ ਪ੍ਰੋਬਲਮ ਨਹੀਂ, ਉਹਨੂੰ ਉਹਨਾਂ ਨੂੰ ਸਿਖਾਇਆ ਜਾ ਸਕਦਾ, ਥੋੜ੍ਹਾ ਜਿਹਾ ਟਾਈਮ ਤਾਂ ਲੱਗਦਾ ਹੀ ਹੈ। ਇਹ ਪੰਜਾਬੀ ਇੰਨੀ ਬਿਊਟੀਫੁਲ ਹੈ, ਇਹਦੇ ਵਿੱਚ ਕੈਪੀਟਲ ਅਤੇ ਸਮਾਲ ਲੈਟਰਸ ਨਹੀਂ ਹੈਗੇ, ਉਹ ਇੱਕੋ ਹੀ ਅੱਖਰ ਹੈ। ਪਰ ਇੱਕ ਵਾਰੀ ਸਿੱਖਣ 'ਚ, ਊੜਾ ਆੜਾ ਸਿੱਖਣ 'ਚ ਥੋੜ੍ਹੀ ਜਿਹੀ ਦੇਰ ਲੱਗਦੀ ਹੈ, ਉਸ ਤੋਂ ਬਾਅਦ ਫਿਰ ਮੁੜ ਕੇ ਪ੍ਰੋਬਲਮ ਵੀ ਨਹੀਂ ਆਉਂਦੀ ਕੋਈ। ਅੱਛਾ, ਇਹ ਜਿਹੜੀਆਂ ਸਾਊਂਡਸ ਨੇ ਧੱਦਾ, ਭੱਬਾ, ਝੱਜਾ, ਕਿਉਂਕਿ ਪੰਜਾਬੀ 'ਚ ਬੜੀਆਂ ਯੂਨੀਕ ਨੇ, ਉਸ ਪੂਰੇ ਖਿੱਤੇ 'ਚ ਹੋਰ ਜਿੰਨੀਆਂ ਵੀ ਲੈਂਗੁਏਜ ਨੇ ਉਹਨਾਂ 'ਚ ਇਹ ਨਹੀਂ ਮਿਲਦੀਆਂ, ਨਹੀਂ ਹੈਗੀਆਂ। ਤਾਂ ਇਸ ਕਰਕੇ ਵੀ ਸ਼ਾਇਦ ਜਿਹੜੇ ਪੰਜਾਬੀ ਪੰਜਾਬ ਤੋਂ ਬਾਹਰ ਰਹਿੰਦੇ ਨੇ ਜਾਂ ਸਿਟੀ 'ਚ ਰਹਿੰਦੇ ਨੇ ਜਾਂ ਬਾਹਰਲੇ ਮੁਲਕਾਂ 'ਚ ਆ ਗਏ, ਉਸ ਜਨਰੇਸ਼ਨ 'ਚ ਬੜੀ ਪ੍ਰੋਬਲਮ ਹੈ ਇਹਨਾਂ। ਬਿਲਕੁਲ ਬਿਲਕੁਲ, ਮੈਂ ਤੁਹਾਡੇ ਨਾਲ ਸਹਿਮਤ ਹਾਂ। ਉਹ ਜਿਹੜੀ ਭੱਬੇ ਨੂੰ, ਜਿਹੜੀ ਭਗਤ ਸਿੰਘ ਨੂੰ ਭਗਤ ਸਿੰਘ ਬੋਲਣਗੇ, ਦੂਰ ਕਿਉਂ ਜਾਣਾ ਜੀ, ਭਾਜੀ ਨੂੰ ਭਾਜੀ ਲਿਖਣਾ ਸ਼ੁਰੂ ਹੋ, ਭਾਜੀ ਨੂੰ ਭਾਜੀ ਬੋਲਦੇ ਆ ਕਈ, ਅਤੇ ਲਿਖਦੇ ਵੀ ਆ ਕਈ ਤਾਂ PAJI ਲਿਖ ਦਿੰਦੇ ਆ, ਤਾਂ ਉਹ ਜਿਹੜਾ, ਪਰ ਭਾਜੀ ਦਾ ਮਤਲਬ ਹੋਰ ਹੁੰਦਾ ਪੰਜਾਬੀ 'ਚ, ਭਾਜੀ ਦਾ ਮਤਲਬ ਧੋਖੇਬਾਜ਼ ਨਹੀਂ। ਵੈਸੇ ਵੀ ਉਹ ਇੱਕ ਯੂਨੀਕ ਸਾਊਂਡ ਤੁਹਾਡੇ ਗਲੇ 'ਚ ਅਬਿਲਿਟੀ ਸੀਗੀ ਇਹ ਬੋਲਣ ਦੀ, ਉਹ ਹੌਲੀ ਹੌਲੀ ਅਸੀਂ ਗਵਾ ਰਹੇ ਹਾਂ ਨਾ। ਅਬਿਲਿਟੀ ਅਜੇ ਵੀ ਹੈਗੀ ਹੈ, ਸਿਰਫ ਉਹਨੂੰ ਐਕਸਪਲੋਰ ਕਰਨ ਦੀ ਲੋੜ ਹੈ, ਪ੍ਰੈਕਟਿਸ ਕਰਨ ਦੀ ਲੋੜ ਹੈ, ਤੁਸੀਂ ਬੋਲ ਸਕਦੇ ਹੋ। ਅਤੇ ਇਹ ਜਿਹੜੀ ਸਾਊਂਡ ਹੈ, ਸਿਰਫ ਇਹੀ ਨਹੀਂ ਕਿ ਪੰਜਾਬੀ 'ਚ ਇਹ ਯੂਨੀਕ ਹੈ, ਸਾਡੇ ਕੋਲ ਇਹਦੇ ਨਾਲ ਲੱਗਦੀ ਜਿਹੜੀ ਹਿੰਦੀ ਹੈ ਦੂਸਰੀਆਂ ਭਾਸ਼ਾਵਾਂ ਵਾਲੀ, ਉਹ ਵੀ ਹੈਗੀ ਹੈ। ਜੇ ਭੋ ਹੈ ਤਾਂ ਭ ਵੀ ਹੈਗਾ, ਜੇ ਝੋ ਹੈ ਤਾਂ ਝ ਵੀ ਹੈ। ਹਾਂ ਬਿਲਕੁਲ, ਅਸੀਂ ਬੋਲਦੇ ਹਾਂ, ਉਹ ਅਸਲ 'ਚ ਸਾਡੇ ਕੋਲ ਸਾਊਂਡ ਹੈਗੀ ਹੈ, ਸਾਡੇ ਕੋਲ ਡਬਲ ਹੈ ਇਹਦਾ ਮਤਲਬ। ਪਰ ਅਸੀਂ ਲਿਖਤੀ ਤਰ੍ਹਾਂ ਉਹਨੂੰ ਐਕਸਪ੍ਰੈਸ ਨਹੀਂ ਕੀਤਾ ਹੋਇਆ, ਜਿੱਦਾਂ ਤੁਸੀਂ ਬੜਾ ਸੋਹਣਾ ਪਹਿਲਾਂ ਦੱਸਿਆ ਸੀ ਵੀ ਅਸੀਂ ਐਕਸਪ੍ਰੈਸ਼ਨ ਵਾਸਤੇ ਉਹਦਾ ਕੋਈ ਲੈਟਰ ਨਹੀਂ ਬਣਿਆ। ਹੋ ਸਕਦਾ ਤੁਸੀਂ ਕੀ ਸੁਜੈਸਟ ਕਰਦੇ ਹੋ ਕਿ ਜਿਵੇਂ ਹੁਣ ਸਾਡੇ ਕੋਲ ਅਮੀਰੀ ਹੈ ਕਿ ਅਸੀਂ ਭ ਵੀ ਕਹਿ ਸਕਦੇ ਹਾਂ ਅਤੇ ਭ ਵੀ ਕਹਿ ਸਕਦੇ ਹਾਂ, ਬਿਲਕੁਲ, ਝ ਵੀ ਕਹਿ ਸਕਦੇ ਹਾਂ ਅਤੇ ਝ ਵੀ ਕਹਿ ਸਕਦੇ ਹਾਂ, ਲਾਗੂ ਅਸੀਂ ਕਰ ਸਕਦੇ ਈਜ਼ੀਲੀ, ਕਿਉਂਕਿ ਉਹ ਚੱਲ ਰਹੀ ਹੈ, ਸਾਨੂੰ ਕੋਈ ਨਵਾਂ ਕੁਛ ਘੜਨਾ ਨਹੀਂ ਪੈਣਾ। ਭੱਬੇ ਦੇ ਪੈਰ 'ਚ ਬਿੰਦੀ ਪਾ ਲਓ, ਘੱਗੇ ਦੇ ਪੈਰ 'ਚ ਬਿੰਦੀ ਪਾ ਲਓ, ਘਰ ਲਿਖਣਾ ਅਤੇ ਘਰ ਲਿਖਣਾ ਦੋਨੋਂ ਲਿਖੇ ਜਾ ਸਕਦੇ ਆ। ਮੈਂ ਮੰਨਿਆ ਕੋਈ ਨਾਂ ਜਿਹੜਾ ਹੈਗਾ, ਕੋਈ ਨਾਂ ਹੈ ਕਿਸੇ ਦਾ, ਉਹ ਨਾਂ ਹਿੰਦੀ ਬੈਲਟ ਦਾ ਜਾਂ ਕਿਸੇ ਹੋਰ ਹਿੱਸੇ ਦਾ, ਉਹਦਾ ਨਾਮ ਭਾਰਤ ਭੂਸ਼ਣ ਹੈ, ਅਤੇ ਪੰਜਾਬੀ ਲਈ ਜ਼ਰੂਰੀ ਨਹੀਂ ਕਿ ਉਹਨੂੰ ਭਾਰਤ ਭੂਸ਼ਣ ਕਹੇ, ਉਹਨੂੰ ਭਾਰਤ ਭੂਸ਼ਣ ਵੀ ਸਹੀ ਪੜ੍ਹ ਸਕਦਾ ਜੇ ਬਿੰਦੀ ਲਾ ਕੇ ਉਹ ਬਿੰਦੀ ਲਾ। ਭਗਤ ਸਿੰਘ ਨੂੰ ਜੇ ਉਹ ਭਗਤ ਸਿੰਘ ਬੋਲਦੇ ਆ ਤਾਂ ਉਹਨਾਂ ਵਾਸਤੇ ਅਸੀਂ ਭਗਤ ਸਿੰਘ ਬਣਾ ਸਕਦੇ ਹਾਂ, ਭੱਬੇ ਦੇ ਪੈਰ 'ਚ ਜਾਣੀ ਬਿੰਦੀ ਪਾ ਕੇ। ਅਤੇ ਇੱਕ ਇਹਦੇ ਨਾਲ ਇੱਕ ਛੇਵਾਂ ਅੱਖਰ ਵੀ ਹੈਗਾ ਜੀ, ਜਿਹੜਾ ਸਾਊਂਡ ਸਾਡੇ ਕੋਲ ਆ ਚੁੱਕੀ ਹੈ ਹਾਂਜੀ ਇੰਗਲਿਸ਼ ਦੇ ਆਉਣ ਨਾਲ, ਸਾਊਂਡ ਹੈ, ਮੈਜਰ ਨਵੀਂ ਸਾਊਂਡ ਹੈ, ਮਤਲਬ ਜਿਹੜੀ ਟ੍ਰੈਡੀਸ਼ਨਲੀ ਸਾਡੀਆਂ ਲੈਂਗੁਏਜਸ 'ਚ ਨਹੀਂ ਸੀਗੀ, ਪਰ ਤੁਸੀਂ ਸਮਝਦੇ ਹੋ ਇੰਗਲਿਸ਼ 'ਚ ਵੀ ਨਹੀਂ ਸੀਗੀ, ਇਹ ਅਸਲ 'ਚ ਈਸਟ ਯੂਰਪੀਅਨ ਲੈਂਗੁਏਜ 'ਚੋਂ ਆਈ ਹੈ ਹਾਂਜੀ। ਰ ਸਾਊਂਡ ਹੈ, ਜਿੱਦਾਂ ਆਪਣੇ ਰਸ਼ੀਅਨ 'ਚ ਹੈ, ਉਹਦੇ ਵਿੱਚ ਰ ਹੈ, ਉਹਦੇ 'ਚ ਜ ਹੈ ਨਹੀਂ, ਰ ਹੀ ਹੈ। ਉਹ ਰਸ਼ੀਅਨ ਮੈਡਮ ਨੇ ਮੇਰਾ ਨਾਂ ਉਹਨਾਂ ਦਾ ਦ ਅਤੇ ਰ ਮਿਲਾ ਕੇ ਲਿਖਿਆ ਸੀ, ਉਹਨਾਂ ਕੋਲ ਜੱਜਾ ਹੈ ਹੀ ਨਹੀਂ। ਇਹ ਸਾਊਂਡ ਦੀ ਐਗਜ਼ਾਮਪਲ ਦਿਓਗੇ ਜਿਹੜਾ? ਇਹ ਰ ਜਿਹੜਾ ਅਸੀਂ ਬੋਲਦੇ ਹਾਂ, ਮੈਜਰ, ਟ੍ਰੈਜਰ, ਲੈਜਰ, ਜੱਜੇ ਦੇ ਪੈਰ 'ਚ ਬਿੰਦੀ ਨਾ ਪਾਈ ਜਾਏ ਨਾ, ਉਹ ਲੈਜਰ ਬਣ ਜਾਏ। ਇਹਨੂੰ ਲਿਖਿਆ ਜਾਏ ਕਿਸ ਤਰ੍ਹਾਂ ਲਿਖਿਆ ਜਾਏ? ਇਹਨੂੰ ਯਈਏ ਦੇ ਪੈਰ 'ਚ ਬਿੰਦੀ ਪਾ ਕੇ ਜੇ ਅਸੀਂ ਲਿਖੀਏ ਤਾਂ ਇਹ ਡਿਫਰੈਂਸ਼ੀਏਟ ਹੋ ਜੂਗਾ। ਸੋ ਇਹ ਸਾਡੇ ਵਿਚਾਰਨਾ ਚਾਹੀਦਾ ਯੂਨੀਵਰਸਿਟੀ ਵਾਲਿਆਂ ਨੂੰ, ਯਈਏ ਪੈਰ ਬਿੰਦੀ ਇਸ ਸਾਊਂਡ ਨੂੰ ਐਕਸਪ੍ਰੈਸ ਕਰਨ ਲਈ, ਨਹੀਂ ਤਾਂ ਅਸੀਂ ਇਹਦੇ 'ਚ ਡਿਫਰੈਂਸ਼ੀਏਟ ਹੀ ਨਹੀਂ ਕਰ ਪਾ ਰਹੇ, ਦੋ ਪੈਰ ਬਿੰਦੀ ਅਤੇ ਯੋ ਪੈਰ ਬਿੰਦੀ। ਬਿਲਕੁਲ, ਇਹ ਪੰਜਾਬੀ ਭਾਸ਼ਾ ਵਿਗਿਆਨੀਆਂ ਨੂੰ ਆਪਣੀ ਕਾਨਫਰੰਸ 'ਚ ਡਿਸਕਸ ਕਰਨੀਆਂ ਚਾਹੀਦੀਆਂ ਚੀਜ਼ਾਂ, ਇਹ ਬਹੁਤ ਜ਼ਰੂਰੀ ਨੇ ਮੇਰੇ ਖਿਆਲ, ਇਹਦੇ ਨਾਲ ਸਾਡੀ ਭਾਸ਼ਾ ਨੂੰ ਫਾਇਦਾ ਹੋ ਸਕਦਾ। ਅੱਛਾ, ਇੱਕ ਹੋਰ ਸਾਊਂਡ ਜਿਹੜੀ ਹੈਗੀ ਹੈ ਜਿਹਨੂੰ ਲੱਗਦਾ ਖਤਰਾ ਮਹਿਸੂਸ ਹੁੰਦਾ ਜਦੋਂ ਅਸੀਂ ਨਵੀਂ ਜਨਰੇਸ਼ਨ 'ਚ ਦੇਖਦੇ ਹਾਂ,
ਉਹ ਹੈਗੀ ਆ ਰ ੜ ਵਾਲੀ ਸਾਊਂਡ ੜਾੜਾ ਜਿਹੜਾ ੜਾੜਾ ੜਾੜਾ ਨਵੇਂ ਬੱਚੇ ਜਿਹੜੇ ਹੈਗੇ ਨੇ ਉਹ ੜਾੜਾ ਨਹੀਂ ਕਹਿ ਸਕਦੇ ਉਹ ੜਾੜਾ ਦੀ ਥਾਂ ਤੇ ਰ ਹੀ ਯੂਜ਼ ਕਰਦੇ ਨੇ ਜਿਵੇਂ ਸਰ ਕੀ ਕਹਿ ਸਕਦੇ ਨੇ ਜਾਂ ਕੁਰੀ ਕਹਿੰਦੇ ਨੇ ਕਈ ਹਾਂ ਬਿਲਕੁਲ ਇਹ ਵੀ ਸਿੱਖਣੀ ਪਊਗੀ ਪਰ ਮੈਂ ਜਦੋਂ ਸਿਖਾਉਣਾ ਜਿਹੜੇ ਇੱਥੋਂ ਦੇ ਬੱਚੇ ਜੰਮੇ ਸਾਡੇ ਆਲੇ ਦੁਆਲੇ ਦੇ ਭਾਈ ਭਤੀਜੇ ਜਾਂ ਹੁਣ ਦੋਤਾ ਵੀ ਹੋ ਗਿਆ ਪੋਤਾ ਵੀ ਸ਼ਾਇਦ ਕਦੇ ਹੋ ਜਾਵੇ ਤਾਂ ਉਹਨਾਂ ਨੂੰ ਮੈਂ ਸਿਖਾਉਣ ਵਾਸਤੇ ਇਹ ਵਰਤੂੰਗਾ ਕਿਉਂਕਿ ਇੰਗਲਿਸ਼ ਦੀ ਮਾਸਟਰੀ ਉਹਨਾਂ ਦੀ ਹੈਗੀ ਉਹਨਾਂ ਦੀ ਸੋਰਟ ਆਫ ਮਦਰ ਟੰਗ ਕਹਿ ਲਓ ਹਾਂਜੀ ਅਤੇ ਮਾਂ ਬੋਲੀ ਸਾਡੀ ਪੰਜਾਬੀ ਆ ਅਸੀਂ ਸਮਝਦੇ ਇਹਨੂੰ ਚੰਗੀ ਤਰ੍ਹਾਂ ਮੈਂ ਉਹਨਾਂ ਨੂੰ ਸਿਖਾਉਂਗਾ ਵੀ ਆਰ ਅਤੇ ਡੀ ਨੂੰ ਇਕੱਠੇ ਕਰ ਲਓ ਆਰ ਅਤੇ ਡੀ ਨੂੰ ਮਿਲਾ ਕੇ ਜਿਹੜੀ ਮਿਲਾ ਕੇ ਜਿਹੜੀ ਸਾਊਂਡ ਬਣਦੀ ਉਹ ੜਾੜਾ ਅਤੇ ਮੈਂ ਇੱਕ ਦੋ ਬੰਦਿਆਂ ਨੂੰ ਇੱਦਾਂ ਦੀ ਗੱਲ ਨਾਲ ਮਤਲਬ ਸਿਖਾਇਆ ਵੀ ਆ ਇਹ ਅਤੇ ਉਹਨਾਂ ਨੇ ਬੜਾ ਚੰਗੀ ਤਰ੍ਹਾਂ ਬੋਲਿਆ ਅੱਛਾ ਫਿਰ ਸਾਡੇ ਨਾ ਅਸੀਂ ਜਦੋਂ ਪੰਜਾਬੀ ਅਲਫਾ ਅਲਫਾਬੈਟ ਉੜਾੜਾ ਸਿੱਖਦੇ ਹਾਂ ਉਦੋਂ ਪੈਰ 'ਚ ਬਿੰਦੀ ਵਾਲੇ ਇੱਕ ਪੂਰੀ ਲਾਈਨ ਹੈ ਥੱਲੇ ਹਾਂਜੀ ਉਹ ਅੱਛਾ ਉਹ ਸਿਰਫ ਪੜ੍ਹਨ ਨੂੰ ਰਹਿ ਗਈ ਹੈ ਉਹਦੀ ਵਰਤੋਂ ਜਿਹੜੀ ਹੈ ਜਾਂ ਉਹਦਾ ਜਿਹੜਾ ਫਰਕ ਹੈ ਉਹ ਸ਼ਾਇਦ ਜੇ ਕੋਈ ਸਰਵੇ ਕਰਾਈਏ ਮੇਰਾ ਖਿਆਲ ਹੈ ਕੋਈ ਬਹੁਤ ਵਿਰਲੇ ਲੋਕ ਹੋਣਗੇ ਜਿਹੜੇ ਡਿਫਰੈਂਸ਼ੀਏਟ ਕਰ ਸਕਦੇ ਨੇ ਥੋੜ੍ਹਾ ਜਿਹਾ ਉਹਦੇ ਵੀ ਉਹਨੂੰ ਵੀ ਸਾਨੂੰ ਰਿਮਾਇੰਡ ਕਰਵਾਉਣ ਦੀ ਉਹ ਵੈਸੇ ਪੰਜ ਅੱਖਰ ਹੈਗੇ ਆ ਇਹਦੇ ਨਾਲ ਮਤਲਬ ਜਿਹੜੇ ਛੇ ਮੈਂ ਸੁਜੈਸਟ ਕਰ ਰਿਹਾ ਉਹਦੇ ਨਹੀਂ ਪੰਜ ਸੱਤ ਅੱਖਰ ਪਹਿਲਾਂ ਜਿਹੜੇ ਮੈਂ ਛੇ ਸੁਜੈਸਟ ਕਰ ਰਿਹਾ ਉਹਦੇ ਨਾਲ 13 ਹੋ ਜਾਣਗੇ ਉਹ ਸੱਸੇ ਪੈਰ ਬਿੰਦੀ ਹੈ ਜਦੋਂ ਅਸੀਂ ਸ਼ਰਮ ਲਿਖਣਾ ਜਾਂ ਸ਼ਰਮਾ ਲਿਖਣਾ ਤਾਂ ਉਹ ਸੱਸੇ ਪੈਰ ਬਿੰਦੀ ਪਾਉਣਾ ਅਤੇ ਫਿਰ ਖੱਖੇ ਪੈਰ ਬਿੰਦੀ ਹੈ ਖਰਗੋਸ਼ ਜਦੋਂ ਉਹ ਖ ਗਲੇ 'ਚੋਂ ਥੋੜ੍ਹੀ ਜਿਹੀ ਆਵਾਜ਼ ਆਉਂਦੀ ਹੈ ਜੇ ਅਸੀਂ ਗੱਗੇ ਪੈਰ ਬਿੰਦੀ ਹੈ ਉਹ ਗਜ਼ਲ ਵਾਸਤੇ ਯੂਜ਼ ਕਰਦੇ ਹਾਂ ਜਾਂ ਗਾਲਿਬ ਲਿਖਣਾ ਤਾਂ ਵੀ ਉਹ ਗੱਗੇ ਪੈਰ ਬਿੰਦੀ ਪਾ ਕੇ ਲਿਖਣਾ ਹੈ ਅਤੇ ਗਜ਼ਲ 'ਚ ਜਿੱਦਾਂ ਜੱਜੇ ਪੈਰ ਬਿੰਦੀ ਹੈ ਜ਼ ਤਾਂ ਜ਼ਾਬਤਾ ਹੈ ਹੋਰ ਵੀ ਜ਼ਾਤ ਵੀ ਵੈਸੇ ਜਾਂ ਹੋ ਸਕਦਾ ਉਹ ਠੀਕ ਹੋਵੇ ਮੈਨੂੰ ਤਾਂ ਇਹਦੇ ਬਾਰੇ ਸ਼ੋਰ ਨਹੀਂ ਹੈਗਾ ਪਰ ਹੋ ਸਕਦਾ ਗਲਤ ਹੋਵੇ ਫਿਰ ਫੱਫੇ ਪੈਰ ਬਿੰਦੀ ਹੈ ਫ ਮੇਰੇ ਹਿਸਾਬ ਨਾਲ ਫਲ ਹੈ ਜਿਹੜਾ ਉਹ ਅਸੀਂ ਬੁੱਲ ਖੁੱਲ੍ਹੇ ਰੱਖਦੇ ਹਾਂ ਜਿੱਥੇ ਫੁੱਲ ਲਿਖਦੇ ਹਾਂ ਉੱਥੇ ਬੁੱਲ ਮੀਚ ਕੇ ਅਸੀਂ ਪੂਰੀ ਗੱਲ ਪੱਪਾ ਫੱਫਾ ਬੱਬਾ ਭੱਬਾ ਮੰਮਾ ਇਹ ਸਾਰੀ ਲਿਪ ਜੁੜ ਕੇ ਜਿਹੜੇ ਅੱਖਰ ਬਣਦੇ ਆ ਪਰ ਜਦੋਂ ਫੱਫੇ ਪੈਰ ਬਿੰਦੀ ਪਾਉਂਦੇ ਹਾਂ ਅਸੀਂ ਤਾਂ ਫ ਬਣ ਜਾਂਦਾ ਖੁੱਲ੍ਹਾ ਰਹਿੰਦਾ ਮੂੰਹ ਥੋੜ੍ਹਾ ਜਿਹਾ ਹਵਾ ਨਿਕਲਦੀ ਹੈ ਹੁਣ ਅੱਜ ਕੱਲ੍ਹ ਹੋ ਇਹ ਰਿਹਾ ਕਿ ਇਹਨਾਂ ਦਾ ਡਿਫਰੈਂਸ ਨਾ ਹੋਣ ਕਰਕੇ ਕਿ ਜਿਹੜੇ ਸ਼ਬਦਾਂ ਦਾ ਫਰਕ ਹੈ ਉਹ ਮਿਟਦਾ ਜਾ ਰਿਹਾ ਉਹ ਇਸ ਤੋਂ ਬਿਨਾਂ ਹੀ ਜ਼ਿਆਦਾਤਰ ਲੋਕ ਲਿਖਣ ਲੱਗੇ ਜਿੱਦਾਂ ਤੁਸੀਂ ਦੱਸਦੇ ਸੀ ਵੀ ਧੂਫ ਦੇ ਵਿੱਚ ਫੱਫੇ ਪੈਰ ਬਿੰਦੀ ਪਾਉਣੀ ਚਾਹੀਦੀ ਹੈ ਕਿਉਂਕਿ ਉਹਦੇ 'ਚ ਹਵਾ ਨਿਕਲਦੀ ਹੈ ਥੋੜ੍ਹੀ ਜਿਹੀ ਮੂੰਹ 'ਚੋਂ ਅਤੇ ਇਸ ਤਰ੍ਹਾਂ ਲੱਲੇ ਪੈਰ ਬਿੰਦੀ ਅਤੇ ਕੱਕੇ ਪੈਰ ਬਿੰਦੀ ਰੀਸੈਂਟ ਐਡੀਸ਼ਨਸ ਨੇ ਕੱਕੇ ਪੈਰ ਬਿੰਦੀ ਵਾਲੀ ਕੁਰਬਾਨੀ ਜਾਂ ਰਖਤ ਸ਼ਾਇਦ ਸ਼ਬਦ ਵੀ ਉੱਥੋਂ ਆਇਆ ਜਾਂ ਸ਼ਾਇਦ ਕੁਰਾਨ ਵੀ ਇੱਦਾਂ ਹੀ ਲਿਖਦੇ ਆ ਅਤੇ ਲੱਲੇ ਪੈਰ ਬਿੰਦੀ ਹੈ ਜਿਹੜਾ ਸਾਡੀ ਸਾਊਂਡ ਹੈਗੀ ਸੀ ਪਹਿਲਾਂ ਈਵਨ ਜਿਹੜੇ ਦਰਾਵਿੜੀਅਨ ਸਾਊਥ 'ਚ ਗਏ ਆ ਉਹ ਪੰਜਾਬ 'ਚ ਵੱਸਦੇ ਸੀ ਉਹਨਾਂ ਕੋਲ ਵੀ ਇਹ ਸਾਊਂਡ ਹੁਣ ਵੀ ਹੈਗੀ ਹੈ ਉਹ ਹੈ ਲ ਸਾਊਂਡ ਹੈ ਜਿੱਦਾਂ ਲਾਲਾ ਜੀ ਜੇ ਅਸੀਂ ਕਹਿਣਾ ਹੋਵੇ ਤਾਂ ਬਿੰਦੀ ਨਹੀਂ ਪਾਉਂਦੇ ਅਸੀਂ ਪੈਰ 'ਚ ਪਰ ਜੇ ਲਾਲਾ ਕਹਿਣਾ ਹੋਵੇ ਜਿਹੜਾ ਪਤਲਾ ਗੁੜ ਹੁੰਦਾ ਜਦੋਂ ਚੱਕ 'ਚ ਪਾਉਂਦੇ ਹਾਂ ਅਸੀਂ ਉਹ ਅਸੀਂ ਪਿੰਡ 'ਚ ਖਾਂਦੇ ਹੁੰਦੇ ਸੀ ਡੱਕਿਆਂ ਨਾਲ ਗਰਮ ਗਰਮ ਗੁੜ ਉਹ ਲਾਲਾ ਜਿਹੜਾ ਸੈਕਿੰਡ ਲੱਲੇ ਦੇ ਦੂਸਰੇ ਲੱਲੇ ਦੇ ਪੈਰ 'ਚ ਬਿੰਦੀ ਪਾ ਕੇ ਲਿਖ ਸਕਦੇ ਪਟਿਆਲਾ ਅੰਬਾਲਾ ਪੀਲਾ ਪੀਲਾ ਕਾਲਾ ਇਹ ਸਾਰੇ ਲੱਲੇ ਪੈਰ ਬਿੰਦੀ ਵਾਲੇ ਸਾਊਂਡਸ ਨੇ ਅਤੇ ਇਹ ਇਹ ਹੈਗੀਆਂ ਨੇ ਜਿਹੜੀਆਂ ਸਾਊਂਡ ਮਤਲਬ ਉਹਦੇ 'ਚ ਨੇ ਫਿਰ ਸਾਡਾ ਉਹਨੂੰ ਐਕਸਪ੍ਰੈਸ ਕਰਨ ਦਾ ਵੀ ਫਰਕ ਹੈ ਜਿਵੇਂ ਸਾਡੀ ਲਿਪੀ ਦੇ ਵਿੱਚ ਬਹੁਤ ਸਾਰੇ ਜਿਵੇਂ ਪੈਰ 'ਚ ਪਾਉਣ ਵਾਲੇ ਅੱਖਰ ਜਿਵੇਂ ਰਾਰਾ ਪੈਰ 'ਚ ਪਾਇਆ ਜਾਂਦਾ ਸੀ ਪਹਿਲਾਂ ਲੋਕ ਵਾਹਵਾ ਵੀ ਪੈਰ 'ਚ ਪਾਉਂਦੇ ਵਾਹਵਾ ਵੀ ਪਾਉਂਦੇ ਸੀ ਸਵਰਾਜ ਇੱਦਾਂ ਲਿਖਦੇ ਸੀ ਪਹਿਲਾਂ ਅਤੇ ਹੁਣ ਤਾਂ ਵਾਹਵਾ ਪੂਰਾ ਪਾਉਣ ਲੱਗ ਗਿਆ ਉਹਦੇ 'ਚ ਇਹ ਪੈਰ 'ਚ ਰਾਰੇ ਵਾਲਾ ਵੀ ਜਿਹੜੀ ਟਰੈਡੀਸ਼ਨ ਤਕਰੀਬਨ ਖਤਮ ਕਰਨ ਦੇ ਨੇੜੇ ਆਈ ਪਈ ਹੈ ਪਰ ਇਹ ਜੇ ਅਸੀਂ ਧਿਆਨ ਦੇਈਏ ਤਾਂ ਪ੍ਰੇਮ ਵਿੱਚ ਪ੍ਰੀਤ ਵਿੱਚ ਜਿਹੜਾ ਰਾਰਾ ਉਹ ਪੱਪੇ ਦੀ ਸਾਊਂਡ ਦੇ ਪ ਦੀ ਸਾਊਂਡ ਦੇ ਬਹੁਤ ਕਲੋਜ਼ ਹੈ ਇਹ ਪਰਿੰਦੇ ਨਾਲੋਂ ਡਿਫਰੈਂਟ ਹੈ ਪਰਿੰਦਾ ਹੋਰ ਤਰ੍ਹਾਂ ਹੈ ਤਾਂ ਜਾਂ ਪਰਬਤ
ਪਰਬਤ ਇਹ ਇਕੱਲੇ ਇਕੱਲੇ ਦੀ ਸਾਊਂਡ ਆਉਂਦੀ ਹੈ, ਇਹਦੇ ਵਿੱਚ ਪ੍ਰੇਮ 'ਚ ਨਹੀਂ ਆਉਂਦੀ। ਪ੍ਰੇਮ ਪੱਪੇ ਦੇ ਪੈਰ 'ਚ ਰਾਰੇ ਨਾਲ ਲਿਖਣਾ। ਇਹਦੇ ਬਾਰੇ ਅਜੇ ਵੀ ਬਹੁਤ ਕਾਫੀ ਲੋਕ ਤਾਂ ਅਵੇਅਰ ਨੇ, ਪਰ ਹੁਣ ਨਵੀਂ ਜਨਰੇਸ਼ਨ 'ਚ ਇਹ ਵੀ ਫਰਕ ਮਿਟਦਾ ਜਾ ਰਿਹਾ ਕਿ ਕਿਉਂਕਿ ਪ੍ਰੇਮ ਤੇ ਪ੍ਰੇਮ ਜਿਹੜਾ ਮਿਲਾ ਕੇ ਪੂਰਾ ਅੱਖਰ ਤੇ ਛੋਟੇ ਪ੍ਰੀਤ ਪ੍ਰੀਤਿੰਦਰ ਸਿੰਘ ਜੇ ਲਿਖਣਾ ਹੋਵੇ ਪੱਪੇ ਦੇ ਪੈਰ 'ਚ ਰਾਰਾ ਸਕਰੀਨ ਜਾਂ ਸਕਰੀਨ। ਹਾਂ ਬਿਲਕੁਲ ਸ਼ੈਕਰੀਨ ਲੱਗਦਾ ਕਿ ਆਉਣ ਵਾਲੇ ਜੇ ਇਹੀ ਰੁਝਾਨ ਚੱਲਦਾ ਰਿਹਾ ਤੇ 10 ਸਾਲਾਂ ਜਾਂ 20 ਸਾਲਾਂ ਬਾਅਦ ਇਹ ਪੈਰ ਚਰਾਰਾ ਸ਼ਾਇਦ ਅਲੋਪ ਹੀ ਹੋ ਜਾਏ ਜੇ ਇਹਦੇ ਬਾਰੇ ਧਿਆਨ ਨਾ ਦਿੱਤਾ ਗਿਆ। ਪੈਰ 'ਚ ਵਾਹਵਾ ਮਤਲਬ ਪਾਉਂਦੇ ਸੀਗੇ, ਹੋਰ ਵੀ ਤੱਤਾ ਵੀ ਪਾਉਂਦੇ ਸੀ ਕਿਤੇ ਕਿਤੇ। ਅੱਛਾ, ਤੱਤਾ ਕਿਵੇਂ ਪਾਇਆ ਜਾਂਦਾ ਪੈਰ 'ਚ, ਕਿਹੜੀ ਕੋਈ ਤੁਹਾਨੂੰ? ਮੈਂ ਲਿਖਿਆ ਦੇਖਿਆ ਪਹਿਲਾਂ ਜਦੋਂ ਛੋਟੇ ਹੁੰਦੇ ਨੇ, ਹਾਂਜੀ, ਜਿੱਦਾਂ ਇਹ ਹਿੰਦੀ ਵਾਲੇ ਤੱਤਾ ਅੱਧਾ ਪਾਉਂਦੇ ਨਾ, ਵਤਸ ਬੇਟੇ ਨੂੰ ਕਹਿੰਦੇ ਆ, ਵਤਸਲਾ ਕੁੜੀਆਂ ਨੂੰ ਕਹਿ ਦਿੰਦੇ ਆ, ਤੇ ਉਹ ਤੱਤਾ ਵਾਹਵੇ ਦੇ ਪੈਰ 'ਚ ਪਾ ਦਿੰਦੇ ਸੀ ਪੰਜਾਬੀ 'ਚ ਪਹਿਲਾਂ। ਅੱਛਾ, ਹਾਂ, ਤੇ ਵਾਹਵੇ ਨਾਲ ਫਿਰ ਵਤਸ ਬਣ ਜਾਂਦਾ ਸੀ ਉਹ ਸੱਸਾ, ਵਾਹਵੇ ਦੇ ਪੈਰ 'ਚ ਅੱਧਾ ਤੱਤਾ ਤੇ ਸੱਸਾ ਪੂਰਾ। ਅੱਛਾ, ਇੱਕ ਹੋਰ ਚੀਜ਼ ਦਾ ਜਿਹੜਾ ਫਰਕ ਹੈਗਾ ਜਿਹਦੇ ਬਾਰੇ ਅਸੀਂ ਹੁਣ ਬੇਧਿਆਨ ਨੇ, ਖਾਸ ਕਰਕੇ ਅਖਬਾਰੀ ਲੈਂਗੁਏਜ ਦੇ ਵਿੱਚ ਤੇ ਅਧਿਕ ਜਿਵੇਂ ਖਤਮ ਹੁੰਦਾ ਜਾ ਰਿਹਾ, ਇਸੇ ਤਰ੍ਹਾਂ ਬਿੰਦੀ ਅਤੇ ਟਿੱਪੀ ਦਾ ਜਿਹੜਾ ਫਰਕ ਹੈ, ਹਾਂਜੀ, ਇਹਨੂੰ ਲੈ ਕੇ ਵੀ ਬੜਾ ਕਨਫਿਊਜ਼ਨ ਹੈ। ਵੈਸੇ ਤਾਂ ਅਧਿਕ ਦੀ ਆਪਣੀ ਇੱਕ ਮਤਲਬ ਉਹ ਜ਼ਰੂਰਤ ਹੈਗੀ ਹੈ, ਕਿਉਂਕਿ ਉਹ ਹਿੰਦੀ 'ਚ ਜਿੱਦਾਂ ਡਬਲ ਅੱਖਰ ਪੈਂਦਾ ਉਹਨੂੰ ਬਚਾਉਣ ਵਾਸਤੇ ਅਧਿਕ ਲਾਇਆ ਹੋਇਆ ਅੱਧਾ, ਉਹ ਤਾਂ ਖੈਰ ਆਧਾ ਕਹਿੰਦੇ ਪਰ ਬੱਚੇ ਸੇਮ ਚੀਜ਼ ਹੈ, ਬੱਚੇ ਉਹਦੇ 'ਚ ਅੱਧਾ ਚ ਪੈਂਦਾ। ਸਾਡੇ ਉੱਤੇ ਅਸੀਂ ਬੱਬੇ ਦੇ ਉੱਤੇ ਅਧਿਕ ਲਾ ਕੇ ਉਹ ਸਾਰੇ ਕਹਿ ਲਈਓ ਜੀ, ਦੋ ਨਹੀਂ ਕਹਿੰਦੇ ਤਾਂ ਡੇਢ ਕਹਿ ਸਕਦੇ ਹਾਂ ਹਿੰਦੀ ਵਾਲੇ ਡੇਢ। ਅਤੇ ਜਦੋਂ ਹਿੰਦੀ 'ਚ ਖੈਰ ਜਾਟ ਕਹਿੰਦੇ ਆ, ਅਸੀਂ ਜੱਟ ਕਹਿੰਦੇ ਹਾਂ, ਹਾਂ, ਪੱਟ ਕਹਿੰਦੇ ਹਾਂ, ਅਤੇ ਉਹ ਜਾਣੀ ਇੱਦਾਂ ਦੇ ਜਿਹੜੇ ਸ਼ਬਦ ਆ ਸਾਡੇ ਉਹਦੇ 'ਚ ਅਧਿਕ ਨਾਲ ਹੀ ਇਹ ਸੂਤ ਹੋ ਸਕਦੇ ਆ, ਕਿਉਂਕਿ ਟਿੱਪੀ ਅਤੇ ਬਿੰਦੀ ਦਾ ਵੀ ਜਿਹੜਾ ਨਹੀਂ ਆ। ਜੇ ਤੁਸੀਂ ਪੱਟ ਲਿਖੋਗੇ ਪੱਟ ਦਾ ਮਤਲਬ ਹੋਰ ਹੋ ਜਾਊਗਾ, ਹਾਂਜੀ, ਪੱਟ ਹੋਰ ਮਤਲਬ ਹੈ, ਹਾਂਜੀ, ਹਾਂ। ਇਸ ਕਰਕੇ ਇਹ ਜ਼ਰੂਰਤ ਤਾਂ ਇਹਦੀ ਹੈਗੀ ਆ, ਜੇ ਲੋਕਾਂ ਨੂੰ ਨਹੀਂ ਪਤਾ ਉਹਨਾਂ ਦਾ ਮਤਲਬ ਉਹਨਾਂ ਨੂੰ ਸਿੱਖਣਾ ਚਾਹੀਦਾ ਹੈ। ਅਤੇ ਜਿਹੜੀ ਟਿੱਪੀ ਅਤੇ ਬਿੰਦੀ ਦੀ ਗੱਲ ਹੈ, ਬਿੰਦੀ ਨੇਜ਼ਲ ਸਾਊਂਡ ਹੈ, ਨੱਕ ਤੋਂ ਆਉਂਦੀ ਹੈ, ਪਰ ਟਿੱਪੀ ਤਾਂ ਜਿੱਦਾਂ ਤੁਸੀਂ ਕਹਿ ਰਹੇ ਸੀਗੇ ਪਹਿਲਾਂ ਵੀ ਉਹ ਅਧਿਕ ਅਤੇ ਬਿੰਦੀ ਵਾਲੀ ਇਕੱਠੀ ਸਾਊਂਡ ਹੈ। ਹਾਂਜੀ, ਜਿੱਦਾਂ ਫਰੈਂਡ ਲਿਖਣਾ ਹੋਵੇ, ਹਾਂਜੀ, ਤਾਂ ਉਹ ਟਿੱਪੀ ਦੀ ਸਾਊਂਡ ਆਉਂਦੀ ਹੈ, ਪਿੰਡ ਲਿਖਣਾ ਹੋਵੇ ਤਾਂ ਟਿੱਪੀ ਦੀ ਸਾਊਂਡ ਹੈ, ਹਾਂਜੀ, ਉਹ ਇਕੱਲੀ ਬਿੰਦੀ ਨਾਲ ਨਹੀਂ ਸਰ ਸਕਦਾ। ਹਾਂਜੀ, ਜੋ ਫਰੈਂਡ ਦੇ ਵਿੱਚ ਤੇ ਬਿੰਦੀ ਲਾਉਣ ਦੀ ਬਜਾਏ ਜੇ ਟਿੱਪੀ ਲਾਈ ਜਾਏ ਤਾਂ ਉਹ ਜ਼ਿਆਦਾ ਉਹਦੇ ਅਸੀਂ ਕਲੋਜ਼ ਪਹੁੰਚ ਗਏ, ਅਦਰਵਾਈਜ਼ ਫਰੈਂਡ ਬਣ ਜਾਊਗਾ। ਜੇ ਫੱਫਾ ਉਹਦੇ ਪੈਰ 'ਚ ਰਾਰਾ ਅਤੇ ਉੱਤੇ ਦੁਲਾਵਾਂ, ਅਤੇ ਜੇ ਬਿੰਦੀ ਲਾ ਕੇ ਡੱਡਾ ਪਾ ਦਈਏ ਅਸੀਂ, ਫਰੈਂਡ ਬਣ ਜਾਊਗਾ ਉਹ, ਪਰ ਜੇ ਟਿੱਪੀ ਲਵਾਂਗੇ ਫਿਰ ਫਰੈਂਡ ਬਣੂਗਾ। ਇਹ ਵੈਸੇ ਇਹ ਜਿਹੜੀ ਆਵਾਜ਼ ਹੈ ਧੁਨੀ ਹੈ, ਇਹ ਧੁਨਾ ਨਹੀਂ ਹੈਗੀ, ਇਹ ਧੁਨੀ ਕਹਿੰਦੇ ਇਹਨੂੰ, ਇਹ ਜਿਹੜੀ ਧੁਨੀ ਹੈ ਇਹ ਸਾਨੂੰ ਅੰਗਰੇਜ਼ੀ ਤੋਂ ਮੇਰੇ ਖਿਆਲ ਮਿਲੀ ਹੈ, ਸ਼ਾਇਦ ਪਹਿਲਾਂ ਹੈਗੀ ਸੀ ਦੁਆਬੇ 'ਚ, ਪਰ ਇਹ ਲਿਖਤ 'ਚ ਕਿਤੇ ਨਹੀਂ ਸੀ ਆਉਂਦੀ, ਕਿਉਂਕਿ ਦੁਆਬੇ 'ਚ ਜਿੱਦਾਂ ਅਸੀਂ ਪਿੰਡ ਬੋਲਦੇ ਹਾਂ ਆਪਣੇ ਇਲਾਕੇ 'ਚ, ਅਤੇ ਦੁਆਬੇ ਵਾਲੇ ਪਿੰਡ ਬੋਲਦੇ ਉਹਨੂੰ। ਤਾਂ ਜਿਹੜੀ ਆਪਾਂ ਗੱਲ ਕਰ ਰਹੇ ਹਾਂ ਕਿ ਜਿਹੜੀਆਂ ਧੁਨੀਆਂ ਪੰਜਾਬੀ 'ਚ ਸੀਗੀਆਂ, ਪੰਜਾਬੀ ਸਕ੍ਰਿਪਟ ਦੇ ਵਿੱਚ ਇਹ ਐਬਿਲਿਟੀ ਹੈਗੀ ਹੈ, ਆਮ ਕਰਕੇ ਕਈ ਲੋਕ ਅੱਜ ਕੱਲ੍ਹ ਇਹ ਆਰਗੂਮੈਂਟ ਦਿੰਦੇ ਨੇ ਜਿੱਥੋਂ ਇਹ ਟ੍ਰੈਂਡ ਸ਼ੁਰੂ ਹੋਇਆ ਕਿ ਹੋਰ ਵੀ ਕਈ ਭਾਸ਼ਾਵਾਂ ਨੇ, ਅਤੇ ਜਿਹੜਾ ਹੈ ਜਿਹੜੀ ਚੀਜ਼ ਅਰਥ ਦਾ ਅਨਰਥ ਨਹੀਂ ਹੁੰਦਾ ਉੱਥੇ ਤੁਹਾਨੂੰ ਇਹ ਮਾਤਰਾਵਾਂ ਦੀ ਲੋੜ ਨਹੀਂ ਹੈ, ਅਤੇ ਬਾਕੀ ਇਹ ਵੀ ਹੈ ਕਿ ਸਮੇਂ ਦੇ ਨਾਲ ਬਦਲਣਾ ਚਾਹੀਦਾ। ਪਰ ਜਿਹੜੀ ਆਰਗੂਮੈਂਟ ਜਿਸ ਕਰਕੇ ਆਪਾਂ ਗੱਲ ਕਰ ਰਹੇ ਹਾਂ ਕਿ ਜੇ ਤੁਹਾਡੇ ਅੰਦਰ ਲੈਂਗੁਏਜ ਦੇ ਅੰਦਰ ਕੋਈ ਕਪੈਸਿਟੀ ਕੋਈ ਅਬਿਲਿਟੀ ਪਈ ਹੈ ਤਾਂ ਤੁਸੀਂ ਉਹਨੂੰ ਸੰਭਾਲਣ ਦਾ ਅਤੇ ਹੋਰ ਮਜ਼ਬੂਤ ਕਰਨ ਦੀ ਬਜਾਏ ਉਹਨੂੰ ਗਵਾਉਣ ਦੇ ਰਸਤੇ 'ਤੇ ਪੈਣਾ ਗਲਤ ਹੈ, ਇਹਦੇ 'ਚ ਤਾਂ ਕੋਈ ਸਿਆਣਪ ਨਹੀਂ ਹੈ। ਨਹੀਂ, ਬਿਲਕੁਲ ਨਹੀਂ, ਮੈਂ ਤੁਹਾਡੇ ਨਾਲ ਬਿਲਕੁਲ ਸਹਿਮਤ ਹਾਂ। ਸਾਨੂੰ ਅਸਲ ਵਿੱਚ ਦੂਸਰੀਆਂ ਭਾਸ਼ਾਵਾਂ ਤੋਂ ਜੇ ਕੁਛ ਮਿਲਦਾ ਹੈ ਉਹ ਵੀ ਗ੍ਰਹਿਣ ਕਰਨਾ ਚਾਹੀਦਾ। ਜਿਵੇਂ ਤੁਸੀਂ ਸੁਜੈਸਟ ਕਰ ਰਹੇ ਹੋ ਕਿ ਸਾਨੂੰ ਤਾਂ ਮਾਤਰਾਵਾਂ ਜੇ ਕੁਛ ਹੋਰ ਐਡ ਕਰਨੀਆਂ ਪੈਂਦੀਆਂ ਉਹ ਕਰੀਏ, ਕਰਨਾ ਚਾਹੀਦਾ। ਅਤੇ ਹੋਰ ਵੀ ਜਿਹੜੀਆਂ ਦੂਸਰੀਆਂ ਭਾਸ਼ਾਵਾਂ 'ਚ ਹੁਣ ਆ ਰਹੇ ਨੇ ਸ਼ਬਦ, ਕਿਉਂਕਿ ਪੰਜਾਬੀ ਹੁਣ ਗਲੋਬਲ ਲੈਂਗੁਏਜ ਹੈ ਅਤੇ ਦੂਸਰੀਆਂ ਭਾਸ਼ਾਵਾਂ 'ਚੋਂ ਅਸੀਂ ਸਾਊਂਡਸ ਨੇ ਜਿਹੜੀਆਂ ਉਹ ਗ੍ਰਹਿਣ ਕਰ ਰਹੇ ਹਾਂ, ਬਿਲਕੁਲ, ਉਹਨਾਂ ਨੂੰ ਵੀ ਐਕਸਪ੍ਰੈਸ ਕਰਨ ਦੀ ਅਬਿਲਿਟੀ, ਈਵਨ ਲਿਖਣ ਦੀ ਜਿਹੜੀ ਸਮਰੱਥਾ ਹੈ ਲੈਂਗੁਏਜ ਦੇ ਵਿੱਚ ਐਡ ਕਰੀਏ। ਬਿਲਕੁਲ ਬਿਲਕੁਲ, ਸੋ ਇਹ ਅਸੀਂ ਕੋਈ ਭਾਸ਼ਾ ਵਿਗਿਆਨੀ ਨਹੀਂ,
ਅਸੀਂ ਤਾਂ ਸਿਰਫ ਭਾਸ਼ਾ ਨੂੰ ਵਰਤਣ ਵਾਲੇ ਹਾਂ। ਪਰ ਅਸੀਂ ਘੱਟੋ ਘੱਟ ਤੁਸੀਂ ਮੈਂ ਜਾਂ ਸਾਡੇ ਵਰਗੇ ਹੋਰ ਵੀਰ ਭੈਣਾਂ ਜਿਹੜੇ ਉਹ ਇਸ ਪਾਸੇ ਸੋਚ ਰਹੇ ਆ, ਹੋ ਸਕਦਾ ਸਾਡੇ ਬੱਚੇ ਸਾਡੀਆਂ ਗੱਲਾਂ ਸੁਣ ਕੇ ਥੋੜ੍ਹਾ ਜਿਹਾ ਹੋਰ ਸੀਰੀਅਸ ਮਤਲਬ ਹੋਣਗੇ, ਗੰਭੀਰ ਹੋਣਗੇ, ਤਾਂ ਉਹ ਕੰਮ ਕਰਨਗੇ ਅਤੇ ਸਾਡੀ ਭਾਸ਼ਾ ਹੋਰ ਮਤਲਬ ਵਿਕਸਿਤ ਹੋਊਗੀ। ਬਿਲਕੁਲ, ਸਾਡੀ ਅੱਜ ਦੀ ਗੱਲਬਾਤ ਇਹਦਾ ਮਕਸਦ ਇਹੀ ਸੀ ਕਿ ਆਪਾਂ ਇਸ ਟੋਪਿਕ ਵੱਲ ਧਿਆਨ ਦਵਾਈਏ, ਖਾਸ ਕਰਕੇ ਜਦੋਂ ਹੁਣ ਪੰਜਾਬੀ ਇੱਕ ਗਲੋਬਲਾਈਜ਼ਡ ਵਰਲਡ ਦੇ ਵਿੱਚ ਅਸੀਂ ਰਹਿ ਰਹੇ ਹਾਂ, ਤਾਂ ਲੈਂਗੁਏਜ ਨੂੰ ਜਿੱਥੇ ਚੈਲੇਂਜਸ ਨੇ ਉੱਥੇ ਮੌਕੇ ਵੀ ਨੇ। ਸੋ ਅਸੀਂ ਇਹਨੂੰ ਇੱਕ ਪ੍ਰੋਬਲਮ ਵੀ ਬਣਾ ਸਕਦੇ ਹਾਂ ਅਤੇ ਇਹਨੂੰ ਇੱਕ ਮੌਕਾ ਵੀ ਸਮਝ ਸਕਦੇ ਹਾਂ ਕਿ ਉਹ ਮੌਕਾ ਸਮਝ ਕੇ ਅਸੀਂ ਆਪਣੀ ਲੈਂਗੁਏਜ ਨੂੰ ਹੋਰ ਅਮੀਰ ਬਣਾ ਸਕਦੇ ਹਾਂ। ਇਹ ਸਾਡੀ ਇੱਕ ਕਿਸਮ ਦੀ ਫੀਡਬੈਕ ਹੈ ਜਿਹੜੇ ਸਾਡੇ ਭਾਸ਼ਾ ਵਿਗਿਆਨੀ ਇਸ 'ਤੇ ਵਿਚਾਰ ਕਰ ਸਕਦੇ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਡਾਕਟਰ ਸੰਧੂ। ਥੈਂਕ ਯੂ। ਵੈਸੇ ਜੇ ਇੱਕ ਮਿੰਟ ਹੈਗਾ, ਮੈਂ ਉਹ ਇੱਕ ਗੱਲ ਐਡ ਕਰਦਾ, ਸਾਨੂੰ ਫਿਊਚਰ ਵਿੱਚ ਕਿਉਂਕਿ ਬੋਲਣ ਵਾਲੇ ਉਹ ਟਾਈਪ ਕਰਨ ਨਾਲੋਂ ਬੋਲ ਕੇ ਟਾਈਪ ਕਰਵਾਉਣਾ ਜਿਹੜਾ ਆਟੋਮੈਟਿਕ ਟਾਈਪਿੰਗ ਸ਼ੁਰੂ ਹੋ ਰਹੀ ਆ, ਹਾਂਜੀ, ਉਹਦੇ ਵਿੱਚ ਸਾਡੀ ਭਾਸ਼ਾ ਦੀਆਂ ਜਿਹੜੀਆਂ ਇਹ ਵਿਲੱਖਣ ਆਵਾਜ਼ਾਂ ਨੇ, ਧੁਨੀਆਂ ਨੇ, ਇਹ ਬਹੁਤ ਕੰਮ ਆਉਣਗੀਆਂ। ਸਾਡੇ ਜਿਹੜੀ ਪੰਜਾਬੀ ਜਿਹੜੇ ਇਹਨਾਂ ਧੁਨੀਆਂ ਨੂੰ ਸਮਝਦੇ ਹੋਣਗੇ, ਉਹਨਾਂ ਵਾਸਤੇ ਇਹ ਕੰਮ ਬਹੁਤ ਜਾਣੀ ਵਧੀਆ ਹੋਊਗਾ, ਫਿਰ ਉਹ ਸੌਖੇ ਰਹਿਣਗੇ। ਸੋ ਸਾਡੀ ਇਸ ਗੱਲਬਾਤ ਨੂੰ ਪੰਜਾਬੀ ਯੂਜ਼ਰ ਦੀ ਇੱਕ ਫੀਡਬੈਕ ਦੇ ਤੌਰ 'ਤੇ ਸਮਝਿਆ ਜਾਏ, ਜਿੱਥੇ ਇਹਦਾ ਮਕਸਦ ਇੱਕ ਪੰਜਾਬੀ ਵਰਤਣ ਵਾਲਿਆਂ ਨੂੰ ਇਸ ਸਮੱਸਿਆ ਬਾਰੇ ਸੁਚੇਤ ਕਰਵਾਉਣਾ, ਦੂਜਾ ਜਿਹੜੇ ਸਾਡੇ ਭਾਸ਼ਾ ਵਿਗਿਆਨੀ ਨੇ ਜਾਂ ਭਾਸ਼ਾ ਨਾਲ ਜੁੜੇ ਹੋਏ ਮਾਹਰ ਨੇ ਉਹਨਾਂ ਨਾਲ ਵੀ ਇਹ ਫੀਡਬੈਕ ਜਾਂ ਇਨਪੁੱਟ ਸ਼ੇਅਰ ਕਰਨੀਆਂ ਨੇ ਕਿ ਇਸ ਤਰ੍ਹਾਂ ਦੀਆਂ ਜੋ ਚੈਲੇਂਜਸ ਜਾਂ ਸਮੱਸਿਆਵਾਂ ਇਸ ਵੇਲੇ ਪੰਜਾਬੀ ਯੂਜ਼ਰ ਇੱਕ ਗਲੋਬਲ ਵਰਲਡ ਦੇ ਵਿੱਚ ਵਿਚਰਦਿਆਂ ਮਹਿਸੂਸ ਕਰਦੇ ਨੇ, ਐਕਸਪੀਰੀਅੰਸ ਕਰਦੇ ਨੇ, ਉਹਦੇ ਵੱਲ ਉਹਨਾਂ ਨੂੰ ਧਿਆਨ ਦੇਣਾ ਚਾਹੀਦਾ। ਅਤੇ ਇਹਦੇ ਵਾਸਤੇ ਜੋ ਕੁਛ ਵੀ ਉਹ ਕਰ ਸਕਦੇ ਨੇ, ਯੂਨੀਵਰਸਿਟੀਆਂ ਜੋ ਕਰ ਸਕਦੀਆਂ ਨੇ ਜਾਂ ਹੋਰ ਅਦਾਰੇ ਜੋ ਕਰ ਸਕਦੇ ਨੇ, ਉਹਨਾਂ ਨੂੰ ਜ਼ਰੂਰ ਕਰਨਾ ਚਾਹੀਦਾ।